ਦੋ ਮੱਝਾਂ ਜੀ, ਇੱਕ ਝੋਟਾ ਦੀ ਜੀ, ਵਧੀਆ ਜੀ, ਇੱਕ ਨਕੱਟਾ ਦੀ ਜੀ। ਹੋਰ ਕਿਵੇਂ ਪਤਾ ਲੱਗਿਆ ਤੁਹਾਨੂੰ? ਸਾਨੂੰ ਜੀ, ਸਾਨੂੰ ਤਾਂ ਤੜਕੇ 5 ਵਜੇ ਪਤਾ ਲੱਗਾ ਜੀ, ਜਦੋਂ ਉੱਠੇ ਜੀ ਚਾਹ ਬਣਾਉਣ। ਮੇਰੇ ਘਰ ਵਾਲੀ ਨੂੰ ਕਿਹਾ ਮੈਂ ਗੇਟ ਖੋਲ੍ਹਿਆ, ਮਗਾ ਕਿਤੇ ਗੇਟ ਖਰਾਬ ਆ ਜੀ। ਉਹਨੇ ਫਿਰ ਆਰ ਕੇ ਜਦੋਂ ਦੇਖਿਆ, ਕਹਿੰਦੀ ਹੈ, ਕਹਿੰਦੀ ਆਪਣੇ ਤਾਂ ਸੱਚੀ ਗੇਟ ਲੱਗਿਆ ਪਿਆ। ਉਸ ਤੋਂ ਬਾਅਦ ਜੀ ਜਦੋਂ ਮੈਂ ਦੇਖਿਆ, ਮਗਾ ਵੀ ਸੀਰੀ ਨੂੰ ਬੁਲਾ, ਹਾਰ ਕੇ ਸੀਰੀ ਨੂੰ ਬੁਲਾਇਆ। ਉਹ ਕਹਿੰਦਾ ਜਦੋਂ ਗੇਟ ਖੁੱਲ੍ਹਾ ਪਿਆ ਜੀ, ਇੱਥੇ ਸਾਰਾ ਕੁਛ ਖਿੰਡਿਆ ਪਿਆ, ਕਹਿੰਦਾ ਵੀ ਆਪਣੇ ਤਾਂ ਚੰਦ ਚੜ੍ਹ ਗਿਆ, ਕਹਿੰਦਾ ਇਹਦਾ ਹੋ ਗਿਆ ਕੰਮ ਜਿਹੜਾ ਹੋਣਾ ਸੀ ਪਿੰਡ ਦਾ। ਜਦੋਂ ਆ ਕੇ ਦੇਖਿਆ ਜੀ, ਇੱਥੇ ਮੱਝਾਂ ਸਾਰਾ ਕੁਛ ਸਾਡਾ ਖਤਮ ਕਰਿਆ ਪਿਆ ਜੀ, ਇੱਥੇ ਸਭ ਕੁਛ ਲੈ ਕੇ ਲੁੱਟ ਕੇ। ਕਿਵੇਂ ਕਰਦੇ ਸੀ ਗੁਜ਼ਾਰਾ ਘਰ ਦਾ? ਇਹਦੇ ਦੁੱਤੀ ਚੱਲਦਾ ਸੀ ਸਾਡੇ ਕੀ, ਹੁਣ ਉਹ ਆ ਜੀ, ਆਹ ਕਣਕ ਹੈ, ਆਹ ਦੇਖ ਲਓ ਰੱਬ ਕੀ ਕਰੀ ਜਾਂਦਾ ਹੁਣ। ਇਹੇ ਸੀ, ਪੀਂਦੇ ਤੇ ਜੀ, ਖਾਂਦੇ ਤੇ 10 ਬੰਦੇ ਆਉਂਦੇ ਤੇ 10 ਜਾਂਦੇ ਤੇ, ਇਹੀ ਸੀ ਸਾਡੇ ਦਾ ਗੁਜ਼ਾਰਾ। ਇਹ ਮੇਰੇ ਭਤੀਜਾ ਸਾਹਿਬ ਨੇ, ਨੰਬਰਦਾਰ ਸਾਹਿਬ ਨੇ, ਧੂਰੀ ਪਿੰਡ ਤੋਂ ਰਣਧੀਰ ਸਿੰਘ। ਇਹਨਾਂ ਦੇ ਰਾਤ ਮੱਝਾਂ ਚੋਰੀ ਹੋ ਗਈਆਂ, ਤਕਰੀਬਨ 3.5-4 ਲੱਖ ਰੁਪਏ ਦੀਆਂ। ਦੋ ਮੱਝਾਂ ਤੀਆਂ, ਇੱਕ ਝੋਟਾ ਸੀਗਾ ਅਤੇ ਇੱਕ ਕੱਟਰੂ ਸੀਗਾ। ਜਦੋਂ ਇਹ ਸਵੇਰੇ ਉੱਠੇ ਨੇ, ਇਹਨਾਂ ਦੇ ਦੱਸਣ ਮੁਤਾਬਕ ਤਾਂ ਇਹਨਾਂ ਨੂੰ ਬਾਹਰੋਂ ਕੁੰਡੇ ਲਾਏ ਹੋਏ ਸੀਗੇ, ਇਹਨਾਂ ਨੇ ਫੋਨ ਕਰਕੇ ਗੇਟ ਖੁਲਵਾਇਆ ਹੈਗਾ। ਪਰ ਜਦੋਂ ਇਹ ਧੂਰੀ ਕੰਪਲੇਂਟ ਦੇਣ ਗਏ, ਪੁਲਿਸ 1 ਘੰਟੇ ਦੇ ਅੰਦਰ ਅੰਦਰ ਪਹੁੰਚ ਗਈ। ਉਹ ਮੌਕਾ ਦੇਖ ਕੇ ਉਹ ਕਹਿੰਦੇ ਜੀ ਸਾਡੇ ਤਾਂ ਏਰੀਏ 'ਚ ਨਹੀਂ ਪੈਂਦਾ। ਉਦੋਂ ਬਾਅਦ ਇਹਨਾਂ ਨੂੰ ਕਹਿੰਦੇ ਭਲਵਾਨ ਜਾਓ, ਇਹ ਭਲਵਾਨ ਚਲੇ ਗਏ। ਹੁਣ ਕਰੀਬ 1 ਵੱਜ ਗਿਆ, ਚੋਰ ਕਿੱਥੋਂ ਕਿੱਥੇ ਪਹੁੰਚ ਗਏ। ਇਹ ਬੜੀ ਬਦਕਿਸਮਤੀ ਹੈ ਸਾਡੇ ਦੇਸ਼ ਦੀ। ਧੂਰੀ ਪੁਲਿਸ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਪਤਾ ਏਰੀਆ ਉਹਨਾਂ ਦਾ ਪੈਂਦਾ ਹੈਗਾ ਭਲਵਾਨ ਚੌਂਕੀ, ਤਾਂ ਉਹਨਾਂ ਨੂੰ ਇਨਫੋਰਮੇਸ਼ਨ ਕਰ ਦੇਣੀ ਚਾਹੀਦੀ ਹੈਗੀ। ਇਹ ਵਿਚਾਰੇ ਆਪਣੇ ਸਾਈਕਲ ਸਕੂਟਰ 'ਤੇ ਗਏ ਕੰਪਲੇਂਟ ਦੇਣ ਉੱਥੇ। ਹੁਣ ਤੱਕ ਮੰਨ ਲਓ ਮੌਕਾ ਦੇਖਣ ਹੁਣ ਆਈ ਹੈ ਪੁਲਿਸ ਇੱਥੇ, ਅਤੇ ਸਾਨੂੰ ਬੜਾ ਅਫਸੋਸ ਹੈ। ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜੇ ਧੂਰੀ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਸਾਰੇ ਥਾਣਿਆਂ ਨੂੰ ਇਨਫੋਰਮੇਸ਼ਨ ਕਰ ਦੇਣੀ ਚਾਹੀਦੀ ਸੀਗੀ, ਤਾਂ ਕਿ ਜਿਹੜੇ ਚੋਰ ਨੇ ਨੱਪੇ ਜਾ ਸਕਦੇ। ਅਸੀਂ ਪ੍ਰਸ਼ਾਸਨ ਤੋਂ, SSP ਸਾਹਿਬ ਤੋਂ ਇਹੀ ਮੰਗ ਕਰਦੇ ਹਾਂ ਵੀ ਪੁਲਿਸ ਨੂੰ ਥੋੜ੍ਹਾ ਜਿਹਾ ਅਲਰਟ ਕਰੋ ਜੇ ਚੋਰੀ ਕਿਤੇ ਹੋ ਗਈ, ਜੇ ਧੂਰੀ ਹੋ ਗਈ ਚੋਰੀ ਤਾਂ ਬਾਕੀ। ਸਾਨੂੰ ਆਪਣਾ ਜਿਹੜਾ ਹੈਗਾ ਸਿਕੰਦਰਜੀਤ ਵੱਲੋਂ ਆਈ ਸੀ ਦਰਖਾਸਤ, ਆਈ ਤੋਂ ਆਏ ਸੀ, ਅਤੇ ਕਹਿੰਦੇ ਸਾਡੇ ਆਪਣਾ ਕਿ 2 ਮੱਝਾਂ ਅਤੇ 2 ਕੱਟੀਆਂ ਆਪਣਾ ਚੋਰੀ ਹੋ ਗਈਆਂ ਨੇ। ਪਹਿਲਾਂ ਕਹਿੰਦੇ ਥਾਣੇ ਆਏ ਸੀ ਆਪਣਾ ਸਿਟੀ ਧੂਰੀ ਵਾਲੇ, ਕਹਿੰਦੇ ਤੁਹਾਡਾ ਆਪਣਾ ਹੈ ਨਹੀਂ ਕਿ ਸਾਡਾ। ਫਿਰ ਅਸੀਂ ਉਹਨਾਂ ਦੀ ਲਿਖੀ ਕੰਪਲੇਂਟ, ਫਿਰ ਅਸੀਂ ਆਪਣਾ ਗੁਰਦਾ ਸਾਹਿਬ ਵੇਖਿਆ ਜਿਹੜਾ ਹੈਗਾ ਭਲਵਾਨ, ਉੱਥੇ ਅਸੀਂ ਕੈਮਰੇ ਚੈੱਕ ਕਰ ਲਏ ਸੀ, ਠੀਕ ਹੈ ਨਾ। ਅਮਦੀਰ ਵਿਰਾਸ ਨੂੰ ਅਸੀਂ ਇੱਥੇ ਆਏ ਹਾਂ, ਮੌਕੇ 'ਤੇ ਦੇਖਦੇ ਹਾਂ, ਮੌਕੇ 'ਤੇ ਜੇ ਕਾਰਵਾਈ ਬੰਦ ਹੋ ਗਿਆ ਸੱਚ ਸਾਹਿਬ ਨਾਲ ਡਿਸਕਸ ਕਰਕੇ ਅਗਲੀ ਕਾਰਵਾਈ ਕਰਦੇ ਹਾਂ, ਜੋ ਆਪਣਾ ਡਿਸਕਸ ਕੀਤਾ ਜਾਵੇ।